हमको बस करबला सुनिया सोना। इस वजह तो शेर में के घट पड़े हैं, वो शेर पढ़ते हैं उनकी वजह। हम हुसैनी आजादार हैं, मालो घर की जरूरत नहीं। हम हुसैनी आजादार हैं, मालो घर की जरूरत नहीं। हो बस नमाजो अज़ा के लिए हमको एक बारगाह चाहिए। जिंदगी होवे जी जी मेरे वास्ते करोड़े मौला जिंदगी दराज फरमावे। बस नमाजो अज़ा के लिए मरदा नहीं, मोमेंट का इंतकाल होंदा है, मोमेंट का ट्रांसफर होंदा है। बज़ाहिर परदा करदा है, अगर किसी का अकीदा भी मोमेंट मरदा है तो चलो ठीक है, ये मरना भी मुर्शिद अली की ज़ियारत का बहाना है। बवरिया शाह जी एक मातमी कबर च गया, मंजर कशी पेश कर रहे, जिंदगी की दाद इकट्ठी कर, दाद थोड़ी जड़ी 70 रुपये पढ़ना उनका वजन ढेर है। मातमी जब कब्र में गया फिर फरिश्तों ने उसे देखा। मातमी जब कब्र में गया फिर फरिश्तों ने उसे देखा। ओ मिलने आए हैं तुझसे हुसैन और बता तुझको क्या चाहिए। वाह वाह जिंदगी हो, बहुत शुक्रिया जी। हरी अग हवा पानी मिट्टी का मुरक्कब एक बंदा असी तुसी तखयलात की दुनिया सफर किया। मंजिलां तय करते करते एक ऐसी मंजिल ते आए, कलम चाया ते 70 लिखी। सर चावी वेखी मेरे पास गूंद कर मातमी का खमीर, गूंद कर मातमी का खमीर। सर चावी फिर खुदा ने कहा अब मुझे थोड़ी खा के शिफा चाह। वाह वाह बस पढ़ने मौला जी ने दराज फरमावे आले मोहम्मद ने मुस्तरक। सुबह शाम विरद अली हाजरी कबूल फरमाना। पहली तू पका ल दोस्ता मंग दुआ चला परदेश च कोई न मरे। वतन दी कदर परदेश च होंदी, खुदा ना खास्ता मारी बने मर्द होए मस्तूर ना होए। हे औखी दुआ मंगेंदा जरूर हाँ। जे मस्तूर होवे दुआ मांग उंदे हत्था च जंजीर न होवे। क्या बात है भाई,
ਉਹਦੇ ਵੇਦਿਆਂ ਭੈਣ ਮਰ ਗਈ। ਸੈਯਦ ਉਲ ਸਾਜਦੀ ਨੇ ਇੱਕ ਵੈਣ ਕੀਤਾ ਜਿੰਦਾ ਉਹਨ ਹਲ ਗਿਆ। ਸੈਯਦਾ ਦੇ ਮੁਸਲਮਾਨੋ ਮਰ ਭੇਣ ਗਈਏ, ਪਰਦੇਸ ਦੇ ਵਿੱਚ ਵੀ ਆ ਮੰਗਦਾ। ਇਹ ਤਾਂ ਕਰਬਲਾ ਬਣ ਗਏ ਨੌਕਰਾਂ ਬਈ, ਸਦਕੇ ਨੌਕਰਾਂ ਬਈ ਨੌਕਰਾਂ। ਪੁੱਤਰ ਦੀ ਜ਼ਿੰਦਗੀ ਹੋਵੇ ਵਲੀ ਖਾਨ। ਮਰ ਭੇਣ ਗਈਏ ਪਰਦੇਸ ਦੇ ਵਿੱਚ ਵੀ ਆ ਮੰਗਦਾ। ਲੱਖ ਦਫਾ ਹੱਥ ਨਾ ਬਣ ਬਈ, ਤੇਰੀ ਸੋਚ ਤੋਂ ਮੈਂ ਥੋੜ੍ਹਾ ਬਣਨਾ, ਨੌਕਰਾਂ 'ਚ ਹੱਥ ਨਹੀਂ ਬਣਨੇ। ਓ ਮਰ ਭੇਣ ਗਈਏ ਪਰਦੇਸ ਦੇ ਵਿੱਚ ਵੀ ਆ ਮੰਗਦਾ। ਨਿਆਜ਼ੇ ਹੁਸੈਨ ਅਗਲੇ ਬਹਿਣ ਦੀ ਇਜਾਜ਼ਤ, ਸੱਜਾਦ ਕਿਹੜੀ ਇਮਦਾਦ ਮੰਗੀ, ਜਿੰਨਾ ਘਰ ਤੱਕ ਮਾਤਮ ਕਰਨੇ, ਬਾਂਦਾ ਬਾਂਦਾ ਜ਼ਮੀਨ ਤੇ ਬਹਿ ਗਈ ਹੈ। ਇੱਜ਼ਤ ਲਿਓ ਦਾੜੀ ਹੰਝੂਆ ਨਾਲ ਤਰ ਹੋ ਗਈ, ਰੁਨੇ ਗਰੀਬ ਸੈਯਦਾ ਦੇ ਮੱਚਾਵਣਾ ਸਕੀਨਾ ਡਾਵਾ ਕਰੋ ਹੱਥ ਬੜੇ ਆਜ਼ਾਦ। ਸ਼ਾਬਾਸ਼, ਵਾਹ ਭਾਈ ਵਾਹ। ਮੈਂ ਤਾਂ ਕਿ ਜੀ ਬਿਸਮਿਲਾ ਕਰਾਂ ਬਈ, ਦਿਓ ਢੇਰ ਸਜ਼ਾ ਨਾ ਉਫ ਕਰ ਸਾਮ ਭੇਣ ਦੇ ਦਫਾ ਦਫਾਂ ਤੂੰ ਬਾਦ ਲੱਖ ਵਾਰੀ ਮੈਂ ਚਾਵੜਾ ਮਈਆ ਸਕੀਨਾ ਜਾ ਕਰੋ ਹੱਥ ਮੜੇ ਆਜ਼ਾਦ। ਸ਼ਾਬਾਸ਼, ਹੌਸਲਾ, ਕੋਈ ਜ਼ਾਕਰੀ ਨਹੀਂ ਮਨਵਾਵਣੀ। ਅੱਛਾ ਜੀ, ਲੱਖ ਦਫਾ ਕਿਆ ਬਾਤ ਹੈ ਬਈ, ਬੜੀ ਰੂਹਾਨੀਅਤ। ਮਾਲਿਕ ਪੁਰਸਾ ਕਬੂਲ ਫਰਮਾਵੇ। ਮੈਂ ਚਾਵਣਾ ਮਈਅਤ ਅੱਲਾ ਰਾਸਣ ਦਾ ਕਰੋ ਹੱਥ ਮੇਰੇ ਆਜ਼ਾਦ। ਹਾਏ ਸੈਯਦਾ ਦਾ ਡਿਓ ਢੇਰ ਸਜ਼ਾ ਨਾ ਉਫ ਕਰ ਸਾਮ ਭੇਣ ਦੇ ਦਫਾ ਦਫਾਂ ਤੂੰ ਬਾਦ। ਹੌਸਲਾ ਜੀ ਨੌਕਰ, ਜੀ ਬਿਸਮਿਲਾ। ਮੈਂ ਨੌਕਰ, ਗੁਰਬਤ ਵੇਖ, ਲੋਕ ਆ ਦਿਨ ਸ਼ੀਆ ਮਾਤਮ ਕਰਦਨ, ਜ਼ਿੰਦਾ ਹੁਣ ਦੇ ਦਰ ਤੇ ਰਾਤ ਰੋ ਕੇ ਰਿਆ ਪੀਰ ਸਜਾ ਦੇ ਸਜਾ ਦਾ ਦਿਲ ਮਰ ਭੇਣ ਗਈਏ ਪਰਦੇਸ ਦੇ ਵਿੱਚ ਵੀ ਆ ਮੰਗਦਾ। ਹਾਏ ਕਿਹੜੀ ਇਮਦਾਦ, ਰਾਤ ਵੱਧ ਪਈ ਐ। ਮੈਂ ਚਾਵਣਾ ਮਈਆਤ ਸਕੀਨਾ ਦਾ ਕਰੋ ਹੱਥ ਮੜੇ ਆਜ਼ਾਦ। ਸ਼ਾਬਾਸ਼, ਦਿਓ ਢੇਰ ਸਜ਼ਾ ਨਾ ਉਫ ਕਰ ਸਾ ਮੈਂ ਭੇਣ ਦੇ ਦਫਾ ਸਦਕੇ ਸਦਕੇ। ਬਸ ਮੁਲਕ ਪਾਕਿਸਤਾਨ ਵਿੱਚ ਮੋਹਰ ਲੱਗੀ ਜਿਸ ਵੈਣ 'ਤੇ, ਉਸ ਵੈਣ ਦੀ ਹੁਕਮ ਆਈ, ਮਜ਼ਮੂਨ ਦਾ ਟਾਈਮ ਨਹੀਂ। ਮੇਰੇ ਬਜ਼ੁਰਗਾਂ ਦਾ ਲਿਖੋ ਹੋਇਆ ਵੈਣ, ਮਾਲਿਕ ਦਰਜਾਤ ਬੁਲੰਦ ਕਰੇ। ਜਿੱਥੇ ਵੀ ਵੰਜਾ ਮਾਤਮੀ ਹੁਕਮ ਕਰ ਦਿਨ, ਉਹਦਾ ਦੁੱਖ ਸੁਣਾ। ਜਾਂਦੀ ਉਮਰ ਥੋੜ੍ਹੀ ਆਈ ਅਤੇ ਦੁੱਖ ਢੇਰ ਹਨ, ਤੇ ਉਹਦੀ ਹਸਰਤ ਸੁਣਾ। ਜਿਹਨੂੰ ਆਲੀਆ 18 ਬੁਰਕਿਆਂ 'ਚ ਪਲੇਂਦੀ ਰਹੀ ਹੈ, ਬਿਲਕੁਲ ਵੈਣ ਦੇ ਕਰੀਬ। ਹਾਏ
ਜਿਤਨੇ ਸੁਣੀ ਜਾਂ ਸ਼ੀਆ ਐਜ ਏ ਸੈਦ ਹਰ ਮਿੰਬਰ ਤੇ ਮਿੰਨਤ ਕਰਦਾ ਨਾ ਜ਼ਿੰਦਗੀ ਵਿੱਚ ਭੁੱਲ ਕੇ ਸ਼ਰਾਬ ਨਾ ਪੀਵੀ ਤਾਸ਼ ਨਾ ਖੇਡੀ ਇਹਨਾਂ ਦੋ ਕੰਮਾਂ ਦੇ ਵਜ੍ਹਾ ਦੇ ਨਾਲ ਕਮੀਨੇ ਦੇ ਦਰਬਾਰ ਚਾਰ ਘੰਟੇ ਰਾਤ ਨੂੰ ਸੈਦ ਸ਼ਰਾਬ ਬੰਦ ਕਰ ਮੈਨੂੰ ਪਾਣੀ ਦੇ ਮੇਰੀ ਭੈਣ ਮਰ ਗਈ ਤਾਸ਼ ਬੰਦ ਕਰ ਪਾਣੀ ਦੇ ਮੇਰੇ ਕੰਡੇ ਕੱਢਣ ਵਾਲੀ ਭੈਣ ਮਰ ਗਈ ਭਾਈ ਜਾਨ ਮੁੱਕੀਆਂ ਮੇਰੇ ਹਿੱਸੇ ਦੀਆਂ ਮਜਲਸਾਂ ਨੂਰੀ ਕਨਾਤ ਲੱਗੀਆਂ ਜ਼ਮਜ਼ਮ ਦਾ ਪਾਣੀ ਜਨਾਬੇ ਫਿਜ਼ਾ ਗੁਸਲ ਦੇਵਣਾ ਸ਼ੁਰੂ ਕੀਤਾ ਹੈ ਦੇਰ ਦੇਰ ਜੋ ਗੁਜ਼ਰੀ ਹੈ ਇਮਾਮ ਦੇ ਭੈਣ ਬੁਲਾਉਂਦੋ ਹੈ ਜ਼ਮੀਨ ਅੱਲੀ ਅੱਲਾ ਦਾਰ ਚੱਲੇ ਮਲਾਇਕਾ ਤਸਵੀ ਛੋੜੀ ਪੂਰਾ ਜੰਨਤ ਛੋੜੀ ਫਿਜ਼ਾ ਮਾਤਮ ਕਰਦੀ ਹੋਈ ਬਾਹਰ ਆਈਏ ਰੋਕਿਆ ਦੀ ਸਜਾ ਦਿਨ ਨਾ ਰੋ ਕਿਆ ਮਤਾਵੇ ਸੀ ਸੈਯਦਾ ਦੇ ਰੋਵਾਂ ਨਹੀਂ ਤੇ ਕਿਆ ਕਰਾਂ ਇਤਨੀ ਦੇਰ ਹੋ ਗਈ ਹੈ ਮੇਰੀ ਭੈਣ ਦਾ ਗੁਸਲ ਮੁਕੰਮਲ ਨਹੀਂ ਹੋਇਆ ਬੀਬੀ ਆਦੀ ਹੈ ਗਿੱਲੇ ਨਾ ਦੇ ਦਾਦੀ ਦੀ ਮਜਬੂਰੀ ਹੈ ਸੈਯਦਾ ਦੇ ਕਿਹੜੀ ਮਜਬੂਰੀ ਆ ਬੀਬੀ ਆਦੀ ਹੈ ਜ਼ੰਜੀਰ ਨਹੀਂ ਲਾਹਦਾ ਭੈਣ ਤੜੀ ਦੇ ਮੇਰਾ ਕੈਦੀ ਪੁੱਤਰ ਸਜਾ ਦੇ ਜ਼ੰਜੀਰ ਪੈ ਵਾਸਤੇ ਨਾ ਹੱਡੀਆਂ ਵਿੱਚ ਮੂੰਹ ਬੰਦ ਹੋ ਗਏ ਜ਼ਖਮ ਵਾਹ ਵਾਹ ਖਤਮ ਬਿਆਨ ਖਤਮ ਖਤਮ ਬਿਸਮਿਲ੍ਲਾ ਨਿਆਜ਼ ਹੁਸੈਨ ਜੀ ਬਿਸਮਿਲ੍ਲਾ ਇੱਕ ਮਿੰਟ ਦੋ ਮਿੰਟ ਸਿਰਫ ਨਿਆਜ਼ ਹੁਸੈਨ ਹੱਥ ਬੰਨ ਕੇ ਜ਼ਿਆਦਾ ਡਿਵਾਈਸ ਮੌਲਾ ਜ਼ਿੰਦਗੀ ਦਰਾਜ਼ ਫਰਮਾਵੇ ਮੇਰੇ ਬਸ ਵੀ ਦੁਆ ਕਰਨਾ ਐਕਸੀਡੈਂਟ ਦੇ ਮੋਹਰੇ ਦਾ ਮਸਲਾ ਬਣਿਆ ਮੇਰੇ ਹੱਕ 'ਚ ਦੁਆ ਫਰਮਾ ਦੇਣਾ ਇਸ ਬਿਮਾਰ ਦਾ ਸਦਕਾ ਮਾਲਿਕ ਮੈਨੂੰ ਵੀ ਸਿਹਤ ਦੇਵੇ ਹਾਏ ਬਲੀ ਖਾਨ ਜਿਗਰ ਤੇ ਨਿਸ਼ਤਰ ਪਿਆ ਚੱਲਦੇ ਗਰੀਬ ਤੋਂ ਗਰੀਬ ਹੀ ਕੋਈ ਮਰ ਵਜੇ ਮਜ਼ਦੂਰ ਮਰ ਜਾਵੇ ਹਾਏ ਮਜ਼ਦੂਰ ਦੀ ਧੀ ਮਰ ਜਾਵੇ ਇੱਕੇ ਗੱਲ ਦਾ ਜਵਾਬ ਦੇ ਮਈਅਤ ਕਿਹੜੀ ਸ਼ਹਿਰ 'ਤੇ ਚੈਸ ਹੋ ਚਾਰ ਭਾਈ ਤੇ ਕਾਇਨਾਤ ਦੇ ਬਾਦਸ਼ਾਹ ਦੀ ਧੀ ਦਾ ਮਈਅਤ ਆਈ ਸੱਜਾ ਦੀ ਭੈਣ ਜੋ ਮਰ ਗਈ ਹੈ ਡਸਾ ਮਈਅਤ ਪਲੰਗ ਤੇ ਚਾਇਆ ਉਹ ਮੈਂ ਸਦਕੇ ਹੋ ਜਾਵਾਂ ਵਾਹ ਭਾਈ ਵਾਹ ਇੱਜ਼ਤ ਵਾਲੇ ਉਹ ਕੜੀਆਂ ਲਾ ਮਈਅਤ ਕੜੀਆਂ ਲੈ ਹੱਥਾਂ ਤੇ ਜਾ ਹੌਸਲਾ ਹੌਸਲਾ ਬਿਰਾਵ ਦੇ ਗੱਲ 'ਚ ਤੌਕ ਭੈਣ ਦੇ ਗੱਲ 'ਚ ਰੱਸੀ ਜੇ ਸਵੈਣ ਵਾਸਤੇ ਹੁਕਮ ਹੈ ਬਸ ਅਯੂਬ ਖਾਨ ਰਾਜ਼ੀ ਨਵੀਂ ਚਾਕ ਕੇ ਟੁਰੇ ਹਾਏ ਮੇਰੇ ਜੁਮਲੇ ਨਹੀਂ ਬਜ਼ੁਰਗ ਦਾ ਕਿਰਪੜਦੇ ਹਨ ਬਾਨੀ ਨਾਲ ਲੜਾਈ ਹੋਵੀ ਉਹਦੇ ਬੂਹੇ 'ਤੇ ਨਾ ਵਜੇ ਜ਼ਾਕਿਰ ਚੰਗਾ ਨਾ ਲੱਗੀ ਨਾ ਸੁਣੀ ਅਤੇ ਜਦੋਂ ਹੁਸੈਨ ਦੀ ਧੀ ਦਾ ਜਨਾਜ਼ਾ ਟੁਰੇ ਪਿੱਛੂ ਟੁਰ ਪਵੇ ਪੰਜਵਾਂ ਇਮਾਮਾ ਦਾ ਉਹ ਮਜ਼ਲੂਮ ਜਾਂਦਾ ਮਈਆ ਤੀ ਮੁੜ ਕੇ ਵੇਦਾ ਮੇਰੇ ਜਨਾਜ਼ ਨਾਲ ਕਿਤਨੇ ਲੋਕ ਵਾਹ ਭਾਈ ਵਾਹ ਸੈਯਦਾ ਦੇ ਵਤਨ ਤੇ ਮਰਿਆ ਤੇਰੇ ਮਰਨ ਦੇ ਮੁੱਲ ਹੌਸਲਾ ਹੌਸਲਾ ਜੀ ਬਿਸਮਿਲ੍ਲਾ ਸੱਜਾ ਟੁਰੇ ਆਵਾਜ਼ ਆਈ ਹੈ ਮਈਅਤ ਮੈਨੂੰ ਡੇ ਮੈਂ ਮੁਹੰਮਦ ਆ ਗਿਆ ਉਸ ਵੈਣ ਦੇ ਕਰੀਬ ਵੱਤ ਆਵਾਜ਼ ਆਈ ਹੈ ਮਈਅਤ ਮੈਨੂੰ ਡੇ ਮੈਂ ਨਜਫ ਦਾ ਵਾਲੀ ਅਲੀ ਹਾਂ ਵੱਤ ਆਵਾਜ਼ ਆਈ ਹੈ ਮਈਅਤ ਮੈਨੂੰ ਡੇ ਮੈਂ ਅਮੀਰ ਹਸਨ ਆ ਵੱਤ ਹੀ ਆ ਗਈ ਵੈਣ ਆਇਆ ਸਜਾ ਦੀ ਰੱਦ ਵੱਡੀ ਹੈ ਆਵਾਜ਼ ਪਈਆਂ ਦੀ ਅੱਗੇ ਆਵਣ ਵਾਲੇ ਅਮੀਰ ਮੈਂ ਕਰ ਭਲਾ ਉਹਦਾ ਗਰੀਬ ਇੰਨਾ ਮੇਰੀ ਧੀ ਨੂੰ ਬੜਾ ਮਾਰਿਆ ਮਈਅਤ ਮੈਨੂੰ ਡਿਆ ਫਿਰਾ ਉਹਦੇ ਹੱਥਾਂ 'ਤੇ ਬਹਿਣ ਦਾ ਮਈਅਤ ਤੜਫਾ ਆਵਾਜ਼ ਆਈ ਹਰ ਕੋਈ ਆਇਆ ਮੇਰਾ ਗਾਜ਼ੀ ਨਹੀਂ ਆਇਆ ਆਵਾਜ਼ ਆਉਂਦੀ ਹੈ ਬਾਜ਼ੂ ਹੋਵੇ ਲਾ ਸਦਕੇ ਜ਼ਿੰਦਗੀ ਜ਼ਿੰਦਗੀ ਦਰਾਜ਼ ਹੋ ਗਈ ਬਾਨੀ ਮਜਲਿਸ ਇਜਾਜ਼ਤ ਉਹ ਬੈਣ ਕਰਾਂ ਜਸਵੈਣ ਤੇ ਮੁਰਸ਼ਦਾਦੀ ਦੀ ਮੋਹਰ ਜ਼ਿੰਦਗੀ ਦਾ ਪਤਾ ਕੋਈ ਨਹੀਂ
ਤੂੰ ਹੁਣੇ ਆਪਣੇ ਘਰਾਂ ਚ ਵੰਜਣਾ ਹੈ, ਜਿਹੜੀ ਪਰਦੇ ਚ ਆਈ ਹੈ ਉਹ ਸ਼ਾਮ ਮੰਜਣਾ ਹੈ। ਇਹਦਾ ਤਾਲਿਆ ਉਹ ਖੱਟੀ ਖਟਾਈ ਕਬਰ ਮਿਲੀ, ਕਬਰ ਚੂਡੂ ਹੱਥ ਜ਼ਾਹਿਰੋਂ ਸਈਆ ਦਾ ਦੇ ਕੌਣ ਮੈਂ ਗਰੀਬ ਤੇ ਮਿਲਤ ਲਾਵਾਂ ਨਾਲ ਆਵਾਜ਼ ਆਈਏ ਸੁਝਾਣ ਮੈਂ ਅਕਬਰ ਸਈਆ ਦਾਦਾ ਕਿਉਂ ਤਕਲੀਫ ਕੀਤੀ ਮੈਂ ਬੇਣ ਦਫਨ ਕਰ ਲਵਾ ਅਕਬਰਾ ਦਾ ਮੈਨੂੰ ਮਜਬੂਰੀ ਲੈ ਕੇ ਆਈ ਆ ਸਜਾ ਦਾਦਾ ਕਿਹੜੀ ਮਜਬੂਰੀ ਆ ਰਾਜੂ ਨਹੀਂ ਅਕਬਰ ਰੋ ਕੇ ਦਾ ਆਇਆ ਮਾਫੀ ਮੰਗੇ ਸਕੀਨਾ ਮੇਰੇ ਸ਼ੇਰ ਚ ਜ਼ਖਮੀ ਮੇਰੀ ਨਗਰੀ ਵਿੱਚ ਆਇਓ ਸ਼ਿਮਰ ਕੋਲੋਂ ਬੇਜੁਰਮ ਮਰੀ ਦੀਆਂ ਇਹਦੇ ਮੂੰਹ ਦੇ ਜ਼ਖਾ ਮੈਂ ਹੁਣ ਵੇਖੇ ਬੋਲ ਮੈਨੂੰ ਬਰਛੀਏ ਗਈਏ ਚਾਬੇੜ ਨੂੰ ਕਮਨੀ ਪਵੇ ਹੁਣ ਕਬਰ ਚ ਸਮੇ